ਤੁਹਾਡੇ ਪਾਸ ਹੈ, ਸਾਡੇ ਪਾਸ ਹੈ, ਇਹ ਵੱਡੀ ਭਾਰੀ ਦਾਤ ਹੈ। ਫਿਰ ਉਹ ਕਿਹੜਾ ਗੁਣ ਹੋਇਆ ਜਿਹੜਾ ਸਤਿਗੁਰੂ ਜੀ ਨੇ ਸਾਨੂੰ ਨਹੀਂ ਦਿੱਤਾ? ਉਹ ਕਿਹੜੀ ਬਿਪਤਾ ਤੇ ਔਕੜ ਹੋਈ ਜਿਸ ਤੋਂ ਨਹੀਂ ਬਚਾਇਆ? ਉਹ ਕਿਹੜਾ ਔਗਣ ਤੇ ਕੁਰੀਤੀ ਹੈ ਜਿਸ ਤੋਂ ਸਾਨੂੰ ਕਿਰਪਾ ਕਰਕੇ ਨਹੀਂ ਬਚਾਇਆ? ਹਜ਼ੂਰ ਨੇ ਕਿਹਾ ਸਾਡਾ ਸਿੱਖ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਨਾ ਖਾਵੇ, ਕੋਈ ਵੀ ਨਸ਼ਾ, ਭੰਗ, ਸੁਖਾ, ਫੀਮ, ਸ਼ਰਾਬ ਤਾਂ ਬਹੁਤ ਹੀ ਬੁਰੀ ਗੱਲ ਹੈ ਨਾ, ਪਾਨ, ਤੰਬਾਕੂ, ਇਹ ਸਭ ਤੋਂ ਮਾੜਾ ਇਹਨੇ ਰੋਕਿਆ। ਪਾਨ ਸੁਪਾਰੀ ਖਾਤੀਆਂ, ਮੁਖਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤੇ ਉਹ ਜਮ ਪਕੜ ਚਲਾਈਆਂ। ਕਬੀਰ ਭਾਂਗ, ਭਾਂਗ ਨਾਮ ਹੈ ਭੰਗ ਦਾ, ਤੇ ਭਾਂਗ ਨਾਮ ਹੈ ਕੁੱਕੜ ਦਾ, ਕੁੱਕੜ ਦਾ ਮੁਰਗੇ ਦਾ ਨਾਮ ਹੈ ਭਾਂਗ। ਮਾਛਲੀ ਮੱਛੀ ਨੂੰ ਕਹਿੰਦੇ ਨੇ ਮੱਛੀ ਨੂੰ, ਕਈ ਕਹਿੰਦੇ ਨੇ ਜਿੱਦਾਂ ਕਿ ਅੰਮ੍ਰਿਤ ਛਕਾਇਆ ਕੋਈ ਛੋੜਾ ਜਾ ਕੇ ਫਰਕ ਰਹਿ ਗਿਆ ਹੈ। ਇਹ ਆ ਕਿ ਕਿਹਾ ਸੀ ਕਿ ਜਿਸ ਮਾਸ ਤੇ ਮੁਸਲਮਾਨਾਂ ਦਾ ਕਲਮਾ ਪੜਿਆ ਗਿਆ ਉਹ ਕਦੇ ਨਹੀਂ ਖਾਣਾ, ਬਲਕਿ ਕੋਈ ਵੀ ਮਾਸ ਨਹੀਂ ਖਾਣਾ। ਅਰਥ ਤਾਂ ਇਹ ਅੱਖਰ ਤਾਂ ਸਿੱਧੇ ਨੇ, ਅਰਥ ਵੀ ਸਿੱਧੇ, ਪਤਾ ਨਹੀਂ ਬਾਲ ਬੁਲ ਕਿੱਥੋਂ ਪਾਉਂਦੇ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਭਗਤ ਕਬੀਰ ਜੀ ਦੇ ਰਸਤਿਆਂ ਦੁਆਰਾ ਕਹਿੰਦੇ ਨੇ ਭਾਂਗ ਮਾਛਲੀ ਸੁਰਾ ਸ਼ਰਾਬ ਦਾ ਨਾਂ ਹੈ, ਪਾਨ ਪਾਨ ਚੱਬਣ ਦਾ ਨਾਂ ਹੈ। ਜੋ ਜੋ ਪ੍ਰਾਣੀ ਖਾਹੇ ਤੀਰਥ ਵਰਤ ਨੇਮ ਕੀ ਹੈ ਤਾਂ ਸਭ ਰਸਾਤਲ ਜਾ, ਨਰਕਾਂ ਨੂੰ ਜਾਵੇਗਾ ਇਹਨਾਂ ਚੀਜ਼ਾਂ ਨੂੰ ਵਰਤਣ ਵਾਲਾ, ਸਭ ਕੁਛ ਕਰਦਾ ਕਰਾਉਂਦਾ ਹੋਇਆ। ਸੋ ਖਾਲਸਾ ਜੀ ਇਹਨਾਂ ਚੀਜ਼ਾਂ ਸਾਰੀਆਂ ਤੋਂ ਬਚਾਇਆ, ਭਾਵ ਕੋਈ ਨਸ਼ਾ ਗੁਰੂ ਕੇ ਸਿੱਖ ਨੂੰ ਨਾ ਲੱਗੇ। ਅਮਲ ਕੇਵਲ ਬਾਹਰਲਾ ਅਮਲ ਦਾਲ ਤੇ ਪ੍ਰਸ਼ਾਦੇ ਦਾ, ਸੱਚਾ ਅਮਲ ਗੁਰੂ ਕੇ ਨਾਮ ਦਾ, ਗੁਰੂ ਕੀ ਬਾਣੀ ਦਾ, ਹੋਰ ਕੋਈ ਅਮਲ ਸਾਡੇ ਨੇੜੇ ਨਹੀਂ ਆਉਣ ਦਿੱਤਾ। ਖਾਲਸਾ ਜੀ ਵਿਚਾਰ ਕੇ ਵੇਖੋ, ਜਿਹਨੇ ਬਹੁਤੇ ਪਾਪ ਕੀਤੇ ਹੋਣ ਉਹਨੂੰ ਕੋਹੜ ਰੋਗ ਹੁੰਦਾ ਹੈ, ਤੇ ਜਿਸ ਨੇ ਉਸ ਤੋਂ ਵੀ ਵੱਧ ਪਾਪ ਕੀਤੇ ਹੋਣ ਉਹਨੂੰ ਕੋਈ ਨਸ਼ਾ, ਉਹਨੂੰ ਕੋਈ ਅਮਲ ਲੱਗ ਜਾਂਦਾ ਹੈ। ਰੋਟੀ ਖਾਵੇ ਤੰਗ ਹੋ ਕੇ ਖਾਵੇ, ਕੱਪੜਾ ਖਾਵੇ ਮਿਲਣਾ ਨਹੀਂ, ਪਰ ਉਹਨੂੰ ਅਮਲ ਖਾਣ ਵਾਸਤੇ ਜ਼ਰੂਰੀ ਚਾਹੀਦਾ, ਨਹੀਂ ਤਾਂ ਤੜਫ ਤੜਫ ਕੇ ਮਰ ਜਾਵੇਗਾ। ਸੋ ਜਿਹਨੇ ਬਹੁਤੇ ਹੀ ਪਾਪ ਕੀਤੇ ਹੋਣ ਉਹਨੂੰ ਰੱਬ ਨਸ਼ਾ ਲਾ ਦਿੰਦਾ ਹੈ। ਸੋ ਭੈੜੀਆਂ ਚੀਜ਼ਾਂ ਬਦਬੂ ਵਾਲੀਆਂ ਕਈ ਨਸਵਾਰਾਂ ਤੱਕ ਲੈਂਦੇ ਨੇ, ਕਿੱਡੀ ਤੱਕੀ ਨਾਲ ਭੈੜੀ ਬਦਬੂ ਆਉਂਦੀ ਹੈ, ਕੋਈ ਨੇੜੇ ਨਹੀਂ ਬਹਿਣ ਦਿੰਦਾ। ਤੇ ਜਿਹਨੂੰ ਕੋਈ ਨੇੜੇ ਨਾ ਲੱਗਣ ਦੇਵੇ ਉਹਦੇ ਨਾਲ ਦਾ ਵੀ ਕੋਈ ਬੁਰਾ ਬੰਦਾ ਹੈ, ਜਿਹਨੂੰ ਕੋਈ ਨੇੜੇ ਨਾ ਬੈਠਣ ਦੇਵੇ, ਕੋਈ ਮੱਥੇ ਨਾ ਲੱਗਣ ਦੇਵੇ, ਕੱਪੜਾ ਨਾਲ ਨਾ ਛੋਣ ਦੇਵੇ ਕਿ ਖਰਾਬ ਹੋ ਜਾਵੇਗਾ। ਐਦੋ ਵੱਡਾ ਹੋਰ ਰੱਬ ਨੇ ਡੰਨ ਉਹਨਾਂ ਨੂੰ ਕੀ ਦੇਣਾ, ਉਹ ਤਾਂ ਆਪਣੇ ਆਪ ਹੀ ਮਿਲ ਗਿਆ। ਪਾਨ ਸੁਪਾਰੀ ਖਾਤੀਆਂ, ਮੁੱਖ ਬੀੜੀਆਂ ਲਾਈਆਂ, ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਦੇ ਬਚਨ, ਪਾਨ ਸੁਪਾਰੀ ਖਾਤੀਆਂ, ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨੇ ਚੇਤਿਓ ਜਮ ਪਕੜ ਚਲਾਈਆਂ। ਪਾਨ ਤੰਬਾਕੂ ਬੀੜੀਆਂ, ਸੋ ਸੁਪਾਰੀਆਂ ਖਾਣ ਵਾਲੇ ਜਮਦੂਤ ਉਹਨਾਂ ਨੇ ਪਕੜ ਕੇ ਲਿਜਾਣਗੇ, ਸਤਿਗੁਰੂ ਰਾਮਦਾਸ ਦੀ ਕਿਰਪਾ ਕਰਕੇ ਕਹਿ ਰਹੇ ਨੇ। ਸੋ ਭਾਵ ਕਿ ਕਿਹੜਾ ਉਹ ਨਸ਼ਾ ਹੈ ਜਿਹੜਾ ਸਤਿਗੁਰੂ ਜੀ ਨੇ ਮਨਾ ਨਹੀਂ ਕੀਤਾ, ਸਾਰੇ ਨਸ਼ਿਆਂ ਤੋਂ ਬਚਾਇਆ। ਫਿਰ ਇਹ ਗੰਦੀਆਂ ਗਾਲਾਂ, ਗੰਦੀਆਂ ਗੱਲਾਂ ਤੇ ਗੰਦੇ ਗਾਣੇ, ਇਹਨਾਂ ਤੋਂ ਗੁਰੂ ਅਰਜਨ ਸਾਹਿਬ ਨੇ ਬਚਾਇਆ। ਹਜ਼ੂਰ ਕਹਿੰਦੇ ਹਨ ਮੇਰੇ ਮੋਹਨ ਸ੍ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲ ਤੋਲ ਆ ਜਾਏ। ਮੇਰੇ ਮੋਹਨ ਪਰਮੇਸ਼ਰ ਜੀ ਸਾਡੇ ਕੰਨਾਂ ਵਿੱਚ ਇਹ ਗੱਲ ਨਾ ਪੈਣ ਦਿਆ ਜੇ, ਸਾਕਤ ਕਠੋਰ ਚਿੱਤ ਗੀਤ ਨਾਦ ਧੁਨ ਗਾਵਤ, ਗੀਤ ਗਾਉਂਦੇ ਨੇ ਵਾਜੇ ਵਜਾ ਵਜਾ ਕੇ ਉੱਚੀ ਉੱਚੀਆਂ ਧੁਨੀਆਂ ਦੇ ਨਾਲ, ਤੇ ਬੋਲ ਤੋਲ ਆ ਜਾਏ। ਬੇ ਟਿਕਾਣੇ ਦੀਆਂ ਬਥਵੀਆਂ ਦੀਆਂ ਗੱਲਾਂ, ਬਥਵੀਆਂ ਜਿਹੜੇ ਮਾਰਦੇ ਹਨ, ਬੇ ਟਿਕਾਣੇ ਦੀਆਂ ਗੱਲਾਂ ਜਿਹੜੇ ਇਹ ਬੋਲਦੇ ਹਨ ਵਾਜੇ ਤੇ ਇਹ ਸਾਜ ਵਜਾ ਵਜਾ ਕੇ, ਸਾਡੇ ਕੰਨਾਂ ਵਿੱਚ ਇਹ ਆਵਾਜ਼ ਨਾ ਪੈਣ ਦਿਆ ਜੀ, ਸਾਡੇ ਤੇ ਕਿਰਪਾ ਕਰੋ, ਸਾਡੇ ਕੰਨ ਇਹਨਾਂ ਭੈੜੀਆਂ ਭੈੜੀਆਂ ਗਾਣਿਆਂ ਤੋਂ ਬਚੇ ਰਹਿਣ। ਸੋ ਖਾਲਸਾ ਜੀ ਦਸਮ ਪਾਤਸ਼ਾਹ ਜੀ ਨੇ ਬਚਨ ਕਹਿ ਦਿੱਤੇ ਕਿ ਤ੍ਰਿਆ ਰਾਗ ਨਾ ਸੁਣਿਆ ਚਿੱਤ ਲਾਏ, ਰਸਨਾਮੇ ਦਾ ਬਚਨ ਹੈ ਕਿ ਜਨਾਨੀ ਦੀ ਜਵਾਨੋ, ਜਿਹੜਾ ਗੁਰੂ ਕੀ ਬਾਣੀ ਤੋਂ ਬਿਨਾਂ ਕੋਈ ਵੀ ਗਾਣਾ ਹੈ ਉਹ ਕਦੇ ਚਿੱਤ ਲਾ ਕੇ ਨਹੀਂ ਸੁਣਦਾ।